अच्छा भाई अंबर यार जरा दुबई जी बने था सेंटर दे विच जरा गोल जा अरबी दा जरा बने दा हां जी हां जी अरबी दा जरा गोल अंज बने दा अच्छा अच्छा गोल आ अंडे वंगर अच्छा अच्छा ओदे च जरा मैं वेख्या गा रोबोट विच वड़दा हां हां जा छोटा वड़दा ਉਹਦੇ ਚਾਰ ਵੀ ਵੱਡੇ ਵੱਡੇ ਸਦਰ ਜਾਂਦੇ ਨੇ ਅੰਦਰ ਅੱਛਾ ਇਹ ਪੁੱਛਣਾ ਵੀ ਉੱਥੇ ਆਮ ਬੰਦਾ ਹੀ ਭਰਦੇ ਤੇ ਕਹਿੰਦੇ 150 ਰੁਪਏ 120 ਰੁਪਏ ਟਿਕਟ ਜਾਂਦੀ ਟਿਕਟ ਲੈ ਕੇ ਤੇ ਫੇਰ ਅੰਦਰ ਜਾਣ ਦਿੰਦੇ ਨੇ ਉੱਥੇ ਚੀਜ਼ਾਂ ਦਥੇਰੀਆਂ ਨੇ ਕਿ ਇੰਨੇ ਸਾਲ ਬਾਅਦ ਇਸ ਤਰ੍ਹਾਂ ਦੀ ਦੁਨੀਆ ਹੋਏਗੀ ਇਸ ਤਰ੍ਹਾਂ ਦਾ ਚੱਕਰ ਆ ਕੋਈ ਉੱਥੇ ਅਸਲ ਉਹਦੇ ਖੂਬਸੂਰਤੀ ਅੰਦਰ ਭਰੀ ਆ ਤੇਰੀ ਸਲਾਹ ਕਿੱਦਾਂ ਦਾ ਜਾਂਦੀ ਮੇਰੀ ਸਲਾਹ ਤਾਂ ਹੈਗਾ ਜਿੱਦਾਂ ਮੇਰਾ ਲੱਗਦਾ ਚਾਨਸ ਲੱਗ ਗਿਆ ਅੰਦਰ ਦਾ ਅਸਲਾਮ ਅਲੈਕਮ ਕੀ ਹਾਲ ਨੇ ਠੀਕ ਠਾਕ ਹੋ ਫਿਟ ਫਾਟ ਹੋ ਉਮੀਦ ਹੈ ਕਿ ਠੀਕ ਹੋਵੋਗੇ ਪਾਕਿਸਤਾਨ ਦਾ ਮੈਚ ਲੱਗਿਆ ਇੰਗਲੈਂਡ ਨਾਲ ਇੰਡੀਆ ਦਾ ਮੈਚ ਲੱਗਿਆ ਸਾਊਥ ਅਫਰੀਕਾ ਨਾਲ ਇਹ ਬੰਦਾ ਜਿਹੜਾ ਨਾ ਇਹ ਦੇਖ ਰਿਹਾ ਇੰਡੀਆ ਦਾ ਮੈਚ ਤੇ ਅਸੀਂ ਦੇਖ ਰਹੇ ਹਾਂ ਵੈਸੇ ਸਾਰੇ ਪਾਕਿਸਤਾਨ ਦਾ ਮੈਚ ਪਤਾ ਨਹੀਂ ਕੀ ਬਣਿਆ ਤੇ ਜਦੋਂ ਆਸੇ ਫੋਟੋ ਹੋ ਗਿਆ ਤੇ ਮੈਚ ਬੰਦ ਕਰ ਦਿੱਤਾ ਹਾਂਜੀ ਜੀ ਸਾਹਿਬ ਕਿਹੜਾ ਮੈਚ ਦੇਖੀ ਇੰਡੀਆ ਕਿੱਥੋਂ ਤੱਕ ਪਹੁੰਚਿਆ ਅਜੇ ਇੰਡੀਆ ਜਨਾਬ ਜਿੱਤ ਗਿਆ ਨਹੀਂ ਜਿੱਤਿਆ ਤੇ ਨਹੀਂ ਫਿਲਹਾਲ ਖੇਡਦੇ ਪਏ ਤੇ ਪਾਕਿਸਤਾਨ ਵੀ ਖੇਡ ਰਿਹਾ ਹੈ ਜਿੱਦੋਂ ਹੀ ਵੇਖ ਰਹੇ ਹਾਂ ਕਿ ਇੱਥੇ ਸਾਹਮਣੇ ਤਾਂ ਪਾਕਿਸਤਾਨ ਦੀ ਕੀ ਜ਼ਰੂਰਤ ਹੈ ਰਣਗੇ ਨਹੀਂ ਸਰਕਾਰਾਂ ਨੇ ਵਾਲ ਲਵਾਏ ਦੇ ਨੇ ਹੁਣ ਸਰਕਾਰਾਂ ਨੇ ਵਾਲ ਲਵਾ ਕੇ ਆਏ ਦੇ ਨੇ ਮਾਸ਼ਾਅੱਲਾ 1.5 ਲੱਖ ਰੁਪਏ ਦੇ ਵਾਲ ਲਵਾ ਕੇ ਆਏ ਨੇ ਪਾਕਿਸਤਾਨ ਚੜ ਗਏ ਨੇ ਤੂੰ ਇਹਨਾਂ ਦੇ ਕੋਈ कुछ नहीं ਹੁੰਦਾ ਇਨਸ਼ਾਅੱਲਾ ਪੁੰਗਰ ਜਾਣ ਲੱਗ ਪੈਨੇ ਵਾਲ ਵਾਵਾ ਆ ਗਏ ਨੇ ਤੇ ਇਹ ਕਲਰ ਜ਼ਮੀਨ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਪਾਣੀ ਕੋਈ 2-3 ਟਰਪੈਨਾਂ ਦਾ ਲੱਗੇਗਾ ਤੇ ਬਾਕੀ ਅੱਲਾ ਖੈਰ ਕਰੇਗਾ ਇਨਸ਼ਾਅੱਲਾ ਅੱਲਾ ਕਰੇ ਵਾਲ ਆ ਜਾਣ ਖਰਚਾ ਕੀਤਾ ਦਾ ਉਹਨੇ ਯਾਰ 1.5 ਲੱਖ ਰੁਪਿਆ ਥੋੜਾ ਤੇ ਨਹੀਂ ਹੁੰਦਾ ਸਾਰੇ ਭਰਾ ਇੱਕ ਵਾਰੀ ਵੀਰ ਵਾਸਤੇ ਦੁਆ ਕਰੇ ਕਿ ਵਾਲ ਅੱਲਾ ਤਾਲਾ ਇਨਸ਼ਾਅੱਲਾ ਆ ਜਾਣਗੇ ਇਨਸ਼ਾਅੱਲਾ चीज बड़ी मिस करते ने बंदे परदेश जाके मगर अहि जो इंडस्ट्रियल एरिया च रहने तकरीबन इतने पिंड वाला ही माहौल है पिंड वाला माहौल मतलब कि इंडस्ट्रियल एरिया माहौल भी उस तरह का ही है थोड़ा रा ਇਹਨਾਂ ਚੀਜ਼ਾਂ ਨੂੰ ਬੜਾ ਮਿਸ ਕਰਦਾ ਬੰਦਾ ਵੈਸੇ ਪਾਕਿਸਤਾਨ ਹਰ ਗੱਲ ਅਸੀਂ ਪਿੰਡਾਂ ਵਾਲੇ ਬੰਦੇ ਹਾਂ ਅਤੇ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਬੜੀਆਂ ਅਸੀਂ ਬਚਪਨ ਤੋਂ ਗੇ ਸੁਣੀਆਂ ਹੋਈਆਂ ਨੇ ਇਹ ਆਵਾਜ਼ਾਂ ਸਭ ਕੁਛ ਅਤੇ ਬੰਦਾ ਪ੍ਰਦੇਸ਼ 'ਚ ਆ ਕੇ ਸਿਰਫ ਇਹ ਚੀਜ਼ਾਂ ਮਿਸ ਕਰਦਾ ਆਪਣੇ ਪਿੰਡ ਨੂੰ ਆਪਣੇ ਪਿੰਡ ਦੀਆਂ ਚੀਜ਼ਾਂ ਨੂੰ ਇਹਨਾਂ ਚੀਜ਼ਾਂ ਨੂੰ ਮਤਲਬ ਇੱਥੇ ਵੀ ਉਹ ਥੋੜ੍ਹੀਆਂ ਜਿਹੀਆਂ ਚੀਜ਼ਾਂ ਮਿਲਦੀਆਂ ਨੇ ਥੋੜ੍ਹੀ ਯਾਦ ਤਾਜ਼ਾ ਹੁੰਦੀ ਆ ਮਾਸ਼ਾਅੱਲਾ ਬੜਾ ਸਕੂਨ ਹੁੰਦਾ ਅਸੀਂ ਮੇਰੀ ਡਿਊਟੀ ਦਾ ਟਾਈਮ ਹੋ ਗਿਆ ਮੈਂ ਚੱਲਾਂ ਵੈਸੇ ਡਿਊਟੀ 'ਤੇ ਤਕਰੀਬਨ ਰਹਿ ਗਏ ਨੇ 15-20 ਮਿੰਟ ਮੇਰੀ ਡਿਊਟੀ ਨੂੰ ਅਤੇ ਜ਼ਬਰਦਸਤ ਹੈ ਸ਼ਰਾਈ ਚੱਲਦੇ ਹਾਂ ਫਿਰ ਡਿਊਟੀ 'ਤੇ ਚੱਲ ਕੇ ਮਿਲਦੇ ਹਾਂ ਡਿਊਟੀ 'ਤੇ ਅਤੇ ਜੀ ਅਲਹਮਦੁਲਿਲਾ ਡਿਊਟੀ 'ਤੇ ਮੈਂ ਆ ਗਿਆ ਵਾਂ ਅਤੇ ਲੌਗਇਨ ਹੋ ਗਿਆ ਤਾਂ ਮੈਂ ਦੇਖਦੇ ਹਾਂ ਕਿ ਵੈਸੇ ਆਰਡਰ ਕਦੋਂ ਤੱਕ ਆਉਂਦਾ ਆਰਡਰ ਦੀ ਅੱਜ ਕੱਲ੍ਹ ਸੂਰਤ ਹਾਲ ਕੁਛ ਇਸ ਤਰ੍ਹਾਂ ਦੀ ਗਿਆ ਕਿ ਮਾਰਨਿੰਗ ਟਾਈਮ ਵੈਸੇ ਪਹਿਲੇ ਤਾਂ ਕਾਫੀ ਜ਼ਿਆਦਾ ਆਰਡਰ ਹੁੰਦੇ ਹਨ ਅਤੇ ਹੁਣ ਤਾਂ ਥੋੜ੍ਹੇ ਘੱਟ ਹੀ ਕੰਮ ਵੈਸੇ ਵੀ ਬਹੁਤ ਜ਼ਿਆਦਾ ਘੱਟ ਹੈ ਅਤੇ ਸ਼ੁਕਰ ਅਲਹਮਦੁਲਿਲਾ ਮੈਂ ਜਿਹੜਾ ਨੇ ਵਿਜ਼ਿਟ 'ਤੇ ਆਇਆ ਹਾਂ ਵਿਜ਼ਿਟ 'ਤੇ ਆ ਕੇ ਮੈਂ ਵੀਜ਼ਾ ਅਪਲਾਈ ਕੀਤਾ ਅਤੇ ਨਾਲ ਹੀ ਮੇਰੀ ਆਈਡੀ ਬਣ ਗਈ ਮਤਲਬ ਇੰਟਰਵਿਊ ਉਦੋਂ ਓਪਨ ਹਨ ਡਿਲੀਵਰੋ ਦੇ ਅਤੇ ਮੈਂ ਡਿਲੀਵਰੋ ਦੇ ਵਿੱਚ ਲੱਗ ਗਿਆ ਨਹੀਂ ਅਤੇ ਉਦੋਂ ਦੀ ਆਵਾਮ ਜਿਹੜਾ ਨੇ ਮੁੰਡੇ ਉਦੋਂ ਦੇ ਬੈਠੇ ਦੇ ਨੇ ਫਾਰਗ ਰੂਮਾਂ ਦੇ ਵਿੱਚ ਹਾਲੇ ਤੱਕ ਇੰਟਰਵਿਊ ਨਹੀਂ ਆਇਆ ਡਿਲੀਵਰੋ ਦੇ ਉਸ ਤੋਂ ਬਾਅਦ ਫਿਰ ਤਲਾਬਾਦ 'ਚੋਂ ਕੱਢ ਦਿੱਤਾ ਆਵਾਮ ਨੂੰ ਆਜ਼ਾਦ ਵੀਜ਼ੇ ਵਾਲੀ ਨੂੰ ਇਸ ਤਰ੍ਹਾਂ ਬੜੇ ਸਾਰੇ ਮੁੰਡੇ ਵੈਸੇ ਜ਼ਲੀਲ ਹੁੰਦੇ ਪਏ ਨੇ ਰੂਮ ਦੇ ਵਿੱਚ ਬਹਿ ਕੇ ਅਤੇ ਅੱਲਾਹ ਤਾਲਾ ਸਾਰਿਆਂ ਨੂੰ ਰੋਜ਼ਗਾਰ ਦੇ ਅੱਲਾਹ ਤਾਲਾ ਦਾ ਵੈਸੇ ਲੱਖ ਲੱਖ ਕਰੋੜ ਵਾਰੀ ਸ਼ੁਕਰ ਹੈ ਕਿ ਅਲਹਮਦੁਲਿਲਾ ਵੈਸੇ ਜਦੋਂ ਮੈਂ ਆਇਆ ਸਾਂ ਅਤੇ ਨਾਲ ਹੀ ਮੇਰੀ ਆਈਡੀ ਬਣ ਗਈ ਡਿਲੀਵਰੋ ਦੀ ਮਤਲਬ ਇੰਟਰਵਿਊ ਹੋਏ ਤਾਂ ਨਹੀਂ ਤਾਂ ਹੁਣ ਤੱਕ ਤਾਂ ਮੈਂ ਜ਼ਲੀਲ ਹੁੰਦਿਆਂ ਰਹਿਣਾ ਸੀ ਇੱਥੇ ਮੇਨ ਚੀਜ਼ ਜਿਹੜੀਆਂ ਨੇ ਬੰਦਾ ਅਗਰ ਕੰਮ ਨਾ ਮਿਲੇ ਤਾਂ ਬੰਦਾ ਡਿਪਰੈਸ਼ਨ ਦਾ ਮਰੀਜ਼ ਬਣ ਜਾਂਦਾ ਪਾਕਿਸਤਾਨ ਦੇ ਵਿੱਚ ਤਾਂ ਅਸੀਂ ਪਿੰਡਾਂ ਵਾਲੇ ਬੰਦੇ ਸ਼ਹਿਰ 'ਚ ਰਹਿਣ ਵਾਲੇ ਲੋਕਾਂ ਦਾ ਅਤੇ ਜਿਨ੍ਹਾਂ ਦਾ ਘਰ ਆਪਣਾ ਉਹਨਾਂ ਦਾ ਚਲੋ ਅਲੱਗ ਗੱਲ ਹੈ ਮਗਰ ਜਿਹੜੇ ਪਿੰਡਾਂ 'ਚ ਰਹਿੰਦੇ ਨੇ ਅਲਹਮਦੁਲਿਲਾ ਦਾ ਸ਼ੁਕਰ ਅਸੀਂ ਸਾਲ ਪੂਰਾ ਵੀ ਕੰਮ ਨਾ ਕਰੀਏ ਤਾਂ ਅਸੀਂ ਕੰਮ ਅਜ਼ ਕੰਮ ਰੋਟੀ ਤੋਂ ਭੁੱਖਿਆ ਨਹੀਂ ਮਰਦੇ ਆ ਸਾਡਾ ਮਤਲਬ ਆਟਾ ਚਾਵਲ ਜਾਂ ਦੂਸਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਘਰ ਦੀਆਂ ਹੁੰਦੀਆਂ ਨੇ ਕੋਸ਼ਿਸ਼ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਮੁੱਲ ਲੈਣੇ ਪੈਂਦੀਆਂ ਨੇ ਅਤੇ ਸਾਡਾ ਨਿਜ਼ਾਮ ਚੱਲਦਾ ਸਾਲ ਵੀ ਅਸੀਂ ਕੰਮ ਨਾ ਕਰੀਏ ਪਿੰਡਾਂ 'ਚ ਕੰਮ ਅਜ਼ ਕੰਮ ਰੋਟੀ ਮਿਲਦੀ ਰਹਿੰਦੀ ਹੈ ਮਗਰ ਇੱਥੇ ਨਹੀਂ ਪਿੱਛੇ ਵਾਲਿਆਂ ਦੀ ਟੈਨਸ਼ਨ ਇੱਥੋਂ ਦੀ ਟੈਨਸ਼ਨ ਬੜੀਆਂ ਸਾਰੀਆਂ ਟੈਨਸ਼ਨਾਂ ਹੁੰਦੀਆਂ ਨੇ ਅਗਰ ਬੰਦਾ 10 ਦਿਨ ਵੀ ਰੂਮ 'ਚ ਬਹਿਜੇ 10 ਦਿਨ ਤਾਂ ਮੈਂ ਬਹੁਤ ਜ਼ਿਆਦਾ ਕਹਿ ਦਿੱਤੇ ਨੇ 1-2 ਦਿਨ ਵੀ ਬੰਦਾ ਰੂਮ ਦੇ ਵਿੱਚ ਬਹਿ ਜਾਣਾ ਤਾਂ ਬੰਦੇ ਨੂੰ ਟੈਨਸ਼ਨ ਲੱਗ ਜਾਂਦੀ ਹੈ ਬੰਦਾ ਜ਼ਿਹਨੀ ਮਰੀਜ਼ ਹੋ ਜਾਂਦਾ ਅਤੇ ਅੱਲਾਹ ਤਾਲਾ ਜਿਹੜਾ ਸਾਰਿਆਂ ਲਈ ਆਸਾਨੀਆਂ ਪੈਦਾ ਕਰੇ ਸਾਰਿਆਂ ਨੂੰ ਰੋਜ਼ਗਾਰ ਦੇ ਬਹੁਤ ਮੁਸ਼ਕਿਲ ਹੋ ਜਾਂਦਾ ਇੱਥੇ ਫਰਕ ਪੈਣਾ ਤੇ ਜੀ ਅਲਹਮਦੁਲਿਲਾ ਅੱਲਾ ਦਾ ਸ਼ੁਕਰ ਹੈ ਕਿ ਮੈਨੂੰ ਪਹਿਲਾ ਆਰਡਰ ਆ ਗਿਆ ਵੈਸੇ ਐਕਸੈਪਟ ਕਰ ਲੈਣਾ ਐਕਸੈਪਟ ਕਰਕੇ ਵੈਸੇ ਸਟਾਰਬਕਸ ਤੋਂ ਆਰਡਰ ਚੁੱਕਨੇ ਆ ਸਟਾਰਬਕਸ ਹੈ ਸਾਹਮਣੇ ਗੱਡੀ ਦੇ ਪਿੱਛੇ ਜਿਹੜਾ ਤੇ ਅਰਾਈਵ ਕਰ ਲੈਣਾ ਮੈਂ ਆਲਰੇਡੀ ਇੱਥੇ ਹੀ ਆ ਮੈਂ ਵੈਸੇ ਉਹ ਵਾਲਾ ਆਰਡਰ ਦੇ ਕੇ ਵਾਪਸ ਜਾ ਰਿਹਾ ਹਾਂ ਦੂਸਰੇ ਆਰਡਰ ਲਈ ਉੱਥੇ ਹੀ ਜਿੱਥੋਂ ਮੇਰਾ ਪਹਿਲਾ ਆਰਡਰ ਆਇਆ ਸੀ ਤੇ ਰਸਤੇ ਦੇ ਵਿੱਚ ਵੈਸੇ ਮੈਨੂੰ ਇੱਕ ਹੋਰ ਆਰਡਰ ਆਇਆ ਉਹ ਚੁੱਕ ਕੇ ਮੈਂ ਹੁਣ ਲੈ ਕੇ ਆਇਆ ਵਾਂ ਵੈਸੇ ਜਿਹੜਾ ਪਹਿਲਾ ਆਰਡਰ ਦਿੱਤਾ ਸੀ ਕੱਲ੍ਹ ਵੀ ਸੇਮ ਐਸੇ ਕਸਟਮਰ ਦਾ ਇਹੋ ਹੀ ਆਰਡਰ ਪਹਿਲਾਂ ਹੀ ਮੈਨੂੰ ਆਇਆ ਸੀ
वैसे हूँ आर्डर दूसरा लैके आया वा कस्टमर नू देन चला वा। मैं वैसे ड्यूटी तो आ गया सा 5 बजे मैंने छुट्टी हो गई थी आके मैं सो गया हाँ सो के ते हूँ थोड़ी देर पहले ही उठिया उठ के एक मुंडे ने क्लास करन जाना ही कार दा लाइसेंस लै रहा उन्नू स्कूल छड़न जाना ही मोटरसाइकिल तो स्कूल छड़ के आया वा। ते बस अज दी वीडियो छोटी जी सी ते छोटी जी तुहानू रिक्वेस्ट भी है कि मेहरबानी करके मेरे चैनल नू सब्सक्राइब कर दो नहीं तो मर्जी है भाई की कर सकता माड़ा बंदा। इजाजत दो मिलने फिर अगली वीडियो अल्लाह ताला तुहाडा ते मेरा हामी नासर दुआवां च याद रखियो अल्लाह हाफिज़।